ਪੰਜਾਬ 'ਚ ਚੋਰਾਂ ਦੇ ਹੌਂਸਲੇ ਬੁਲੰਦ। ਚੋਰਾਂ ਨੇ ਫੈਕਟਰੀ ਨੂੰ ਬਣਾਇਆ ਆਪਣਾ ਨਿਸ਼ਾਨਾ। ਹਫ਼ਤੇ 'ਚ ਦੂਜੀ ਵਾਰ ਵਾਰਦਾਤ ਨੂੰ ਦਿੱਤਾ ਅੰਜਾਮ। ਜਲੰਧਰ ਵੈਸਟ ਹਲਕੇ ਦੀਆਂ ਜ਼ਿਮਨੀ ਚੋਣਾਂ ਖਤਮ ਹੋਣ ਤੋਂ ਬਾਅਦ ਚੋਰ ਇੱਕ ਵਾਰ ਫਿਰ ਸਰਗਰਮ ਹੋ ਗਏ ਨੇ। ਇਲਾਕੇ ਦੇ ਵਿੱਚ ਨਿੱਤ ਦਿਨ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ। ਦਰਅਸਲ ਵੈਸਟ ਸਰਕਲ ਦੇ ਅਧੀਨ ਪੈਂਦੇ ਕਰਤਾਰ ਨਗਰ 'ਚ ਚੋਰਾਂ ਨੇ ਬੈਗ ਬਣਾਉਣ ਵਾਲੀ ਫੈਕਟਰੀ ਨੂੰ ਆਪਣਾ ਨਿਸ਼ਾਨਾ ਬਣਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਫੈਕਟਰੀ ਵਿੱਚ ਤੜਕੇ 3 ਵਜੇ 2 ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਫੈਕਟਰੀ ਮਾਲਕ ਰਾਜੀਵ ਜੋਸ਼ੀ ਨੇ ਦੱਸਿਆ ਕਿ ਚੋਰੀ ਫੈਕਟਰੀ ਵਿੱਚ ਸਿਲਾਈ ਮਸ਼ੀਨ ਦੀ ਮੋਟਰ, ਐਕਟਿਵਾ, ਪੈਨ ਡਰਾਈਵ ਆਦਿ ਚੋਰੀ ਕਰਕੇ ਲੈ ਗਏ ਨੇ। ਘਟਨਾ ਉੱਥੇ ਲੱਗੇ CCTV ਕੈਮਰੇ ਦੇ ਵਿੱਚ ਕੈਦ ਹੋ ਗਈ, ਜਿਸ ਵਿੱਚ 2 ਚੋਰ ਤੜਕੇ ਹੀ ਵਾਰਦਾਤ ਨੂੰ ਅੰਜਾਮ ਦਿੰਦੇ ਨਜ਼ਰ ਆ ਰਹੇ ਨੇ। ਫੈਕਟਰੀ ਮਾਲਕ ਨੇ ਘਟਨਾ ਸੰਬੰਧੀ ਥਾਣਾ ਭਾਰਗਵ ਕੈਂਪ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਥਾਣਾ ਭਾਰਗਵ ਕੈਂਪ ਦੇ ASI ਗੁਰਦਿਆਲ ਨੇ ਮੌਕੇ 'ਤੇ ਪਹੁੰਚ ਕੇ CCTV ਫੁਟੇਜ ਕਬਜ਼ੇ ਦੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫੈਕਟਰੀ ਮਾਲਕ ਨੇ ਦੱਸਿਆ ਕਿ ਉਸਦੇ ਮੁਲਾਜ਼ਮ ਦਾ ਘਰ ਵੀ ਸੜਕ 'ਤੇ ਹੈ ਅਤੇ ਉਹ ਆਪ ਪਾਰਟੀ ਦਾ ਵਾਰਡ 71 ਵੀ ਹੈ। 6 ਦਿਨ ਪਹਿਲਾਂ ਚੋਰਾਂ ਨੇ ਉਸਦੇ ਘਰ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਸੀ। ਇਸ ਦੌਰਾਨ ਚੋਰਾਂ ਨੇ ਉਸਦੇ ਘਰੋਂ LED, 2 ਫੋਨ ਅਤੇ ਸੋਨੇ ਦੇ ਸਿੱਕੇ ਚੋਰੀ ਕਰਕੇ ਲੈ ਗਏ ਸੀ। ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ, ਸੁਣੋ ਪੂਰੀ ਖਬਰ। ਕੀ ਨਾਮ ਆਪਣਾ? ਰਾਜੀਵ ਜੋਸ਼ੀ। ਕਿਹੜੀ ਜਗ੍ਹਾ ਤੋਂ? ਕਰਤਾਰ ਨਗਰ ਮਾਡਲ। ਸਰ ਕੀ ਮਾਮਲਾ, ਕੀ ਹੈ ਸਾਰਾ ਜੀ? ਮਾੜਾ ਦੱਸਿਓ। ਮਾਮਲਾ, ਰਾਤੀ ਚੋਰੀ ਹੋ ਗਈ, ਮੇਰੇ ਪੈਟਰੋਲ ਲੈ ਗਏ ਆ ਜੀ, ਨਾਲ ਮਸ਼ੀਨ ਦੀ ਮੋਟਰ ਲੈ ਗਏ ਆ, ਇੱਕ ਛੋਟੀ ਜਿਹੀ ਬੈਟਰੀ ਸੀਗੀ UPS ਦੀ, ਉਹ ਵੀ ਲੈ ਗਏ। ਨਗਦ ਵਗੈਰਾ ਕੈਸ਼ ਕੁਛ? ਨਗਦ 2,220 ਗੱਲੇ 'ਚ, ਇੱਕ ਕੁਛ ਭਾਂਡ ਸੀਗੀ 25-30 ਰੁਪਏ, ਨਾਲ ਮੇਰੀ ਇੱਕ ਪੈਨ ਡਰਾਈਵ ਸੀ, ਉਹ ਬਹੁਤ ਜ਼ਰੂਰੀ। ਕਿਹੜੀ ਜਗ੍ਹਾ ਫੈਕਟਰੀ ਪੈਂਦੀ ਆਪਣੀਆਂ? ਆਪਣੀ ਕਰਤਾਰ ਨਗਰ ਹੀ ਪਈ। ਅਤੇ CCTV ਫੋਟੋ ਆਈ ਸਾਹਮਣੇ ਕੋਈ? ਹਾਂ, CCTV ਹੈਗੀ ਆ। ਕੁਛ ਆ ਰਹੇ ਬੰਦੇ ਵਾਰਦਾਤ ਕੋਈ ਨਜ਼ਰ? ਬੰਦੇ ਵਾਰਦਾਤ ਕਰ ਰਹੇ? ਫਿਲਹਾਲ ਤਾਂ ਨਹੀਂ ਪਛਾਣ 'ਚ ਆ ਰਹੀ, ਕੋਈ ਮੂੰਹ ਢੱਕਿਆ? ਨਹੀਂ ਨਹੀਂ, ਬੰਦੇ ਕਿੰਨੇ ਨਜ਼ਰ ਆ ਰਹੇ ਵਾਰਦਾਤ? ਦੋ ਬੰਦੇ ਆ ਰਹੇ ਨੇ। ਹਾਂਜੀ, ਠੀਕ ਹੈ। ਇਸ ਸੰਬੰਧੀ ਪੁਲਿਸ ਨੂੰ ਕੰਪਲੇਂਟ ਦਿੱਤੀ ਤੁਸੀਂ? ਹਾਂ, ਦਿੱਤੀ ਸੀ ਪੁਲਿਸ, 15-20 ਮਿੰਟ 'ਚ ਆ ਗਈ। ਕਿਹੜੇ ਥਾਣੇ ਕੰਪਲੇਂਟ ਦਿੱਤੀ ਹੈ? ਮੈਂ 100 ਨੰਬਰ 'ਤੇ ਕੀਤੀ। ਥਾਣਾ ਕਿਹੜਾ ਪੈਂਦਾ ਤੁਹਾਨੂੰ? ਮੈਨੂੰ ਭਾਰਤ। ਠੀਕ ਹੈ ਭਾਈ ਜੀ। ਕੀ ਨਾਮ ਜੀ ਆਪਣਾ? ਸੂਰਜ ਕੁਮਾਰ ਹੈ ਜੀ। ਜੀ ਸੂਰਜ ਜੀ, ਕੀ ਮਾਮਲਾ, ਕੀ ਹੋਇਆ ਸਾਰਾ ਜੀ? ਸਰ ਮਾਮਲਾ, ਮੈਨੂੰ ਰਾਤੀ ਬਾਊ ਜੀ ਦਾ ਫੋਨ ਆਇਆ ਸੀ 3 ਵਜੇ ਲਾਗੇ ਛਾਗੇ। ਠੀਕ ਹੈ ਜੀ। ਕਹਿੰਦੇ ਚੋਰ ਵੜਿਆ ਹੈਗਾ। ਅੱਛਾ ਜੀ। ਜਦੋਂ ਆਪਾਂ ਦੇਖਿਆ ਸਰ ਚੋਰ, ਫਿਰ ਜਦੋਂ ਆਪਾਂ ਦੇਖਿਆ ਚੋਰ ਬਾਰਡਰ ਤੇ ਜਾ ਚੁੱਕਿਆ ਸੀ, ਫਿਰ ਦੇਖਿਆ ਕਿ ਕੀ ਸਮਾਨ ਮਿਸਿੰਗ ਹੋਈ ਹੈ। ਫਿਰ ਉਸ ਟਾਈਮ ਤੋਂ ਭਾਈ ਮੈਸੇਜ ਹੋਈ ਦਿਖੀ ਸਾਨੂੰ, ਅਤੇ ਹੁਣ ਦੇਖਣ ਡੇ ਹਾਂ ਕੀ ਸਮਾਨ ਮਿਸ ਹੋਇਆ। ਕਿਹੜੀ ਜਗ੍ਹਾ ਦਾ ਮਾਮਲਾ ਭਾਈ? ਸਰ ਇਹ ਕਰਤਾਰ ਨਗਰ ਚੋਂ। ਇਸ ਸੰਬੰਧੀ ਪੁਲਿਸ ਨੂੰ ਕੰਪਲੇਂਟ ਦਿੱਤੀ ਹੈ? ਪੁਲਿਸ ਸਰ ਮੌਕੇ 'ਤੇ ਆ ਗਿਆ। ਜਿੱਦਾਂ ਕੁਛ ਦਿਨ ਪਹਿਲਾਂ ਤੁਹਾਡੇ ਵੀ ਜਿਹੜੇ ਚੋਰੀ ਹੋਈ ਘਰ ਦੇ ਵਿੱਚ, ਉਹ ਚੋਰਾਂ ਦਾ ਕੀ ਬਣਿਆ? ਉਹ ਪਰੇ ਪੜੇ ਪੁਲਿਸ ਨੇ ਪੜੇ? ਨਹੀਂ, ਕੰਪਲੇਂਟ ਦਿੱਤੀ ਹੋਈ ਹਾਲੇ ਤੱਕ। ਉਹ ਕਿਹੜੀ ਜਗ੍ਹਾ ਕੰਪਲੇਂਟ ਦਿੱਤੀ ਹੈ? ਉਹ ਸਰ ਥਾਣਾ ਭਾਰਗਵ ਕੈਂਪਸ। ਉਹ ਵੀ ਥਾਣਾ ਭਾਰਗਵ ਕੈਂਪ 'ਚ ਵੀ ਥਾਣਾ ਭਾਰਗਵ? ਹਾਂਜੀ। ਕਿੰਨੇ ਕੁ ਦਿਨ ਹੋ ਗਏ ਤੁਹਾਡੇ ਘਰੇ ਚੋਰੀ ਹੋਈ ਨੂੰ? ਸਰ ਮੇਰੇ 24 ਤਰੀਕ ਹੋਈ ਸੀ। ਅੱਛਾ ਜੀ। ਅਤੇ ਕਿੰਨੇ? ਬਲਕਿ ਇੱਕ ਹਫ਼ਤੇ ਦੇ ਵਿੱਚ ਦੂਜੀ ਵਾਰਦਾਤ ਹੋ ਗਈ ਹੈ? ਨਹੀਂ ਸਰ, ਏਰੀਆ 'ਚ ਵਾਰਦਾਤ 3-4 ਹੋਈ ਹੈ। ਠੀਕ ਹੈ। ਕੁਛ ਬੰਦਿਆਂ ਨੇ ਰਿਪੋਰਟ ਨਹੀਂ ਲਿਖਾਈ ਡਰਦੇ ਮਾਰੇ। ਠੀਕ ਹੈ। ਉਹ ਕਹਿੰਦੇ ਉਹ ਮੈਂ ਜਦੋਂ ਮੇਰੀ ਚੋਰੀ ਹੋਈ ਸੀ ਉਹ ਮੈਨੂੰ ਮਿਲਣ ਵੀ ਆਏ ਸੀ। ਸੁਰੇ, ਤੁਸੀਂ ਪੁਲਿਸ ਨੂੰ ਕੀ, ਮਤਲਬ ਕਿ ਤੁਸੀਂ ਇੱਕ ਵਰਕਰ ਵੀ ਹੋ ਆਮ ਆਦਮੀ ਪਾਰਟੀ ਦੇ, ਕੀ ਕਹਿਣਾ ਚਾਹੁੰਦੇ ਪੁਲਿਸ ਨੂੰ? ਸਰ ਮੈਂ ਤਾਂ ਇਹੀ ਸਰ ਕਹਿਣਾ ਚਾਹੁੰਦਾ ਕਿ ਪੁਲਿਸ ਆਪਣੀ ਕਾਰਵਾਈ ਕਰੇ,
ਥੋੜ੍ਹਾ ਸਖ਼ਤੀ ਨਾਲ ਪੇਸ਼ ਆਵੇ, ਸਗੋਂ ਕਿ ਇਹ ਵਾਰਦਾਤ ਸਿਰਫ ਕਾਫ਼ੀ ਚਿਰ ਅੱਗੇ ਲੰਬੇ ਤੱਕ ਜਾ ਸਕਦੀ ਹੈ ਜੇ ਨਾ ਚੋਰ ਫੜਿਆ ਜਾਵੇ। ਮਾਲੀ ਨੁਕਸਾਨ ਹੈ, ਜਾਨੀ ਨੁਕਸਾਨ ਵੀ ਹੋ ਸਕਦਾ। ਸੂਰਜ ਜੀ, ਤੁਹਾਨੂੰ ਲੱਗਦਾ ਹੈ ਕਿਤੇ ਨਾ ਕਿਤੇ ਜਿਹੜੇ ਚੋਰੀ ਦੀ ਵਾਰਦਾਤ ਤੁਹਾਡੇ ਏਰੀਏ ਦੇ ਵਿੱਚ ਸਾਹਮਣੇ ਆ ਰਹੀ ਹੈ, ਪੁਲਿਸ ਵੱਲੋਂ ਨੱਥ ਨਹੀਂ ਪਾਈ ਜਾਈ ਚੋਰਾਂ ਨੂੰ, ਤਾਂ ਕਰਕੇ ਉਹ ਜਿਹੜੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹੋ ਸਕਦੇ ਦੱਸ? ਜਿੱਦਾਂ ਸਰ ਲਾਈਟਾਂ ਵੀ ਸਰ ਬੰਦ ਹੋਈਆਂ ਪੂਰੇ ਸ਼ਹਿਰ ਦੇ ਦੇਖੋ, 70% ਲਾਈਟਾਂ ਸ਼ਹਿਰ ਦੀ ਬੰਦ ਹੈਗੀਆਂ, ਉਹਦੇ ਕਰਕੇ ਮੇਰੇ ਨਹੀਂ ਲਗਾਤਾਰ ਇਸੀ ਏਰੀਆ ਦੇ ਵਿੱਚ ਚੋਰੀ ਹੋ ਰਹੀ ਹੈ, ਸੋ ਕਿਤੇ ਨਾ ਕਿਤੇ ਉਹਨਾਂ ਦਾ ਹੌਸਲਾ ਬੁਲੰਦ ਹੋ ਰਿਹਾ ਲਗਾਤਾਰ ਇਸੀ ਸ਼ਹਿਰ ਦੇ। ਤੁਹਾਨੂੰ ਪਤਾ ਇੱਕ ਤੁਸੀਂ ਇੱਕ ਸੀਸੀਟੀਵੀ ਜਿਹਦੇ ਵਿੱਚ ਆਪਾਂ ਦੇਖ ਰਹੇ ਉਹਨਾਂ ਕੋਲ ਹਥਿਆਰ ਵੀ ਹੈਗਾ ਵਾ, ਤੇ ਜੇ ਕੋਈ ਫੈਕਟਰੀ 'ਚ ਇਕੱਲਾ ਹੁੰਦਾ ਰਾਤ ਨੂੰ ਤੇ ਅਮਲਾ ਵੀ ਕਰ ਸਕਦੀ ਉਹਦੇ ਉੱਪਰ, ਤੇ ਉਹਦੇ ਬਾਰੇ ਤੁਸੀਂ ਕੀ ਦੇਖਦੇ ਹੋ, ਕੀ ਕਹਿਣਾ ਤੁਹਾਨੂੰ? ਹਥਿਆਰ ਨਾਲ ਲੈ ਕੇ ਆਏ ਸੀ ਜੋ ਆਪਾਂ ਦੇਖਿਆ ਸੀ ਰਾਤੀ ਸੀਸੀਟੀਵੀ ਦੇਖੀ, ਤੇ ਹਥਿਆਰ ਨਾਲ ਸੀ, ਰਾਡਾ ਰੂਡਾ ਵੀ ਸੀ, ਸ਼ਾਇਦ ਕੋਈ ਗਾਤਕ ਹਥਿਆਰ ਵੀ ਸੀ। ਇਸ ਸੰਬੰਧੀ ਪੁਲਿਸ ਨਾਲ ਗੱਲ ਕੀਤੀ ਸਾਰੀ ਕਿੱਦਾਂ ਦੇ ਮੌਕੇ ਦੀ ਪੁਲਿਸ ਆ ਗਈ ਸਰ? ਠੀਕ ਹੈ, ਰਾਤੀ ਮੌਕੇ ਦੀ ਪੁਲਿਸ ਆ ਗਈ ਸੀ। ਓਕੇ, ਚੜ੍ਹਦੀ ਕਲਾ ਟਾਈਮ ਟੀਵ ਦੇ ਲਈ ਜਲੰਧਰ ਤੋਂ ਸੰਦੀਪ ਕੌਲ ਦੀ ਵਿਸ਼ੇਸ਼ ਰਿਪੋਰਟ।